ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਹੁਣ ਅਸੀਂ ਧਾਨ ਵੱਢ ਲਿਆ ਤੇ ਹੁਣ ਅਸੀਂ ਫੇਰ ਆਪਣਾ ਕੱਦੂ ਕਰਕੇ ਬਰਸਾਤੀ ਧਾਨ ਲਿਆ ਕੇ ਦੇਖੋ ਵੀ ਕੀ ਬੀਤਦੀ ਆ। ਟਰੈਕਟਰ ਦਾ ਮੀਟਰ ਵੀ ਸੈਂਟਰ ਤੇ ਜਾ ਰਿਹਾ। ਦੇਖੋ ਗਲਤ ਕਰਾ ਬੀਜ ਬੀਜ ਮੈਂ, ਇੱਕ ਦੋ ਆਦਮੀ ਗੜਬੜ ਥੇ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਉਮੀਦ ਕਰਦੇ ਹਾਂ ਸਭ ਬਹੁਤ ਵਧੀਆ ਹੋਵੋਗੇ। ਲਓ ਜੀ, ਸੱਠਾ ਸਾਡਾ ਵੱਢ ਹੋ ਗਿਆ ਤੇ ਸਾਡੇ ਤੇ ਕੀ ਕੀ ਬੀਤ ਰਹੀ ਹੈ, ਕੀ ਕੀ ਬੀਤੀ ਤੁਹਾਨੂੰ ਆਹ ਬੀਤੀ ਸਭ ਅਸੀਂ ਦਿਖਾਉਂਦੇ ਹਾਂ, ਸੁਣਾਉਂਦੇ ਹਾਂ। ਸੋ ਸ਼ੁਰੂ ਤੋਂ ਲੈ ਕੇ ਲਾਸਟ ਤੱਕ ਵੀਡੀਓ ਨੂੰ ਜ਼ਰੂਰ ਦੇਖਿਓ, ਲਾਈਕ ਕਰਿਓ, ਕਮੈਂਟ ਕਰਿਓ ਐਂਡ ਪਲੀਜ਼ ਫੋਲੋ ਕਰ ਲਓ ਸਾਡਾ ਚੈਨਲ ਸ਼ੂਟਰ ਡੋਡੋ ਵਿਲੇਜ ਲਾਈਫ, ਤਾਂ ਕਰਕੇ ਤੁਸੀਂ ਸਾਡੀ ਵਿਲੇਜ ਲਾਈਫ ਜ਼ਰੂਰ ਇੰਜੋਏ ਕਰੋਗੇ ਔਰ ਕਰਦੇ ਰਹੋ, ਇੱਦਾਂ ਹੀ ਸਪੋਰਟ ਕਰਦੇ ਰਹੋ। ਚਲੋ ਜੀ, ਅੱਜ ਦਾ ਬਲੌਗ ਸ਼ੁਰੂ ਕਰਦੇ ਹਾਂ ਗਿਆਦੀਨ ਦੇ ਨਾਲ। ਗਿਆਦੀਨ ਆਓ। ਜਿਵੇਂ ਕਿ ਤੁਹਾਨੂੰ ਪਤਾ ਹੈਗਾ ਹੈ ਕਿ ਸਾਡੇ ਉਰੇ ਅਸੀਂ ਧਾਨਾਂ ਦੀ ਦੋ ਫਸਲਾਂ ਲੈ ਲੈਂਦੇ ਹਾਂ ਸਾਲ ਦੇ ਵਿੱਚ। ਇੱਕ ਹੈਗਾ ਹੈ ਸੱਠਾ ਧਾਨ ਜਿਹਨੂੰ ਕਹਿੰਦੇ ਹਾਂ, 60 ਤੋਂ 90 ਦਿਨ ਦੇ ਵਿੱਚ ਪੱਕ ਜਾਂਦਾ ਹੈ। ਇੱਕ ਹੁੰਦਾ ਆਪਣਾ ਬਰਸਾਤੀ ਧਾਨ ਜਿਹੜਾ ਕਿ ਪੂਰੇ ਇੰਡੀਆ 'ਚ ਲਾਇਆ ਜਾਂਦਾ ਹੈ। ਹੁਣ ਜਿਵੇਂ ਕਿ ਕਰਨਾਟਕ ਹੋ ਗਿਆ, ਸਾਊਥ 'ਚ ਹਰੇਕ ਜਗ੍ਹਾ ਦੋ ਦੋ ਵਾਰ ਤਿੰਨ ਵਾਰ ਧਾਨ ਲੱਗਦੇ ਨੇ। ਇੱਦਾਂ ਹੀ ਅਸੀਂ ਹੈਗੇ ਹਾਂ ਪੀਲੀਭੀਤ, ਨਾ ਸੋਰੀ, ਅਸੀਂ ਹੈਗੇ ਹਾਂ ਡਿਸਟ੍ਰਿਕਟ ਪੀਲੀਭੀਤ ਯੂਪੀ ਤੋਂ। ਇੱਥੇ ਅਸੀਂ ਦੋ ਵਾਰ ਅਸੀਂ ਆਪਣੀ ਫਸਲ ਧਾਨ ਦੀ ਲੈਂਦੇ ਹੁੰਦੇ ਹਾਂ, ਕਣਕ ਵੱਢ ਕੇ ਲਾ ਦਿੰਦੇ ਹਾਂ। ਫਿਰ ਉਸ ਤੋਂ ਬਾਅਦ ਹੁਣ ਅਸੀਂ ਧਾਨ ਵੱਢ ਲਿਆ ਅਤੇ ਹੁਣ ਅਸੀਂ ਫਿਰ ਆਪਣਾ ਕੱਦੂ ਕਰਕੇ ਬਰਸਾਤੀ ਧਾਨ ਲਾਵਾਂਗੇ। ਕੈਸਾ ਲੱਗ ਰਿਹਾ? ਅੱਛਾ ਲੱਗ ਰਿਹਾ, ਖੂਬ। ਕੈਸੀ ਗਰਮੀ ਲੱਗ ਰਹੀ? ਬਹੁਤ ਬੜੀਆ। ਸਭ ਕੋ ਸਲਾਹ ਦਿਓ ਕਿ ਸਭ ਸਾਡਾ ਧਾਨ ਜ਼ਰੂਰ ਲਗਾਓ ਭਾਈ ਸਾਹਿਬ। ਇਸ ਦੇਖਣ ਨੂੰ ਬਹੁਤ ਵਧੀਆ ਲੱਗਦਾ ਨਾ, ਹਰੇਕ ਬੰਦਾ ਕਹਿ ਦਿੰਦਾ ਹੈ ਕਿ ਲਓ, ਅਰੇ ਬਾਈ ਜੀ ਤੁਸੀਂ ਧਾਨ ਵੱਢ ਵੀ ਲਿਆ, ਤੁਸੀਂ ਸਾਲ 'ਚ ਦੋ ਵਾਰ ਧਾਨ ਲਾਉਂਦੇ ਨੇ। ਪਰ ਜੋ ਲਾਉਂਦਾ ਹੈ, ਤਿਆਰ ਕਰਦਾ, ਵੱਢਦਾ, ਫਿਰ ਉਸ ਤੋਂ ਬਾਅਦ ਜਦੋਂ ਬਰਸਾਤੀ ਧਾਨ ਲਾਉਣਾ ਹੈ, ਕੱਦੂ ਕਰਨਾ ਹੈ, ਫਿਰ ਸਾਡੇ ਤੋਂ ਪੁੱਛ ਕੇ ਦੇਖੋ ਵੀ ਕੀ ਬੀਤਦੀ ਹੈ। ਟਰੈਕਟਰ ਦਾ ਮੀਟਰ ਵੀ ਸੈਂਟਰ 'ਤੇ ਜਾ ਰਿਹਾ। ਦੇਖੋ ਇੰਨੀ ਕੜਾਕੇ ਦੀ ਧੁੱਪ, ਇੱਕ ਤਾਂ ਰੱਬ ਸਾਡੇ ਬਹੁਤ ਪੇਸ ਪੈ ਜਾਂਦਾ ਹੈ। ਫਿਰ ਰੱਬ ਦਾ ਆ ਹੈ ਕਿ ਜਿੱਦਣ ਧਾਨ ਵਢਾਉਣੇ ਆ ਉਦਣ ਹੀ ਉਹਨੇ ਮੀਂਹ ਪਾਉਣਾ ਹੈ। ਹੁਣ ਮੰਨ ਲਓ ਅਗਰ ਮੀਂਹ ਨਾ ਪਵੇ ਤਾਂ ਪਰਾਲੀ ਨੂੰ ਧੰਦਾ ਸੈੱਟ ਕਰ ਸਕਦਾ ਹੈ। ਹੁਣ ਬਾਰਿਸ਼ ਹੋ ਗਈ ਆ ਤਾਂ ਬਾਰਿਸ਼ ਕਰਕੇ ਸਾਰੀ ਪਰਾਲੀ ਗੱਲੀ ਹੋਈ ਹੋਈ ਆ। ਹੁਣ ਤੁਸੀਂ ਸੋਚੋ, ਚਾਰ ਚਾਰ ਵਾਰ ਇਹ 'ਚ ਰੂਟਾਵੇਟਰ ਮਾਰਨਾ ਪੈਂਦਾ ਹੈ, ਰੂਟਾਵੇਟਰ ਮਾਰ ਕੇ ਸਾਰੀ ਪਰਾਲੀ ਅੰਦਰ ਬਿਠਾਲਣੀ ਪੈਂਦੀ ਆ, ਫਿਰ 3-4 ਦਿਨ ਛੱਡਣਾ ਪੈਣਾ, 3-4 ਦਿਨ ਬਾਅਦ ਫਿਰ ਕੱਦੂ ਹੋਊਗਾ, ਤਾਂ ਕਿਤੇ 'ਚ ਬਰਸਾਤੀ ਧਾਨ ਲੱਗਣਗੇ। ਸੋ ਜਿਹੜੇ ਕਹਿੰਦੇ ਨਾ ਕਿ ਬਹੁਤ ਪ੍ਰੋਫਿਟ ਆ ਸੱਠੇ 'ਚ, ਅਗਰ ਮੋਟਾ ਮੋਟਾ ਹਿਸਾਬ ਤੁਸੀਂ ਬੰਦਾ ਲਾਊਗਾ ਨਾ, ਤਾਂ ਬਾਬੇ ਉਹ ਬਚਦਾ ਪੁੱਛਦਾ ਇਹ 'ਚ ਕੁਛ ਵੀ ਨਹੀਂ ਹੈਗਾ। ਇਹ ਸਿਰਫ ਕਹਿਣ ਦੀ ਗੱਲਾਂ ਨੇ, ਵਹਿਮ ਆ ਕਿ ਸੱਠਾ ਧਾਨ ਬਹੁਤ ਪ੍ਰੋਫਿਟ ਦਿੰਦਾ ਹੈ। ਕੋਈ ਪ੍ਰੋਫਿਟ ਨਹੀਂ ਹੈਗਾ ਮੇਰੇ ਹਿਸਾਬ ਨਾਲ ਤਾਂ। ਕਿਆ ਕੋਈ ਫਾਇਦਾ ਹੈ ਸਾਡਾ, ਕਿਆ ਫਾਇਦਾ ਹੈ ਇਸਕਾ? ਮਿਹਨਤ ਕੇ ਹਿਸਾਬ ਸੇ ਰੇਟ ਨਹੀਂ ਮਿਲ ਪਾਤਾ ਨਾ ਭਾਈ। ਜਿਸ ਹਿਸਾਬ ਸੇ ਆਪਣੇ ਲੋਕ ਮਿਹਨਤ ਕਰਤੇ ਹੈ, ਅਬ ਬਾਹਰ ਲੈ ਕੇ ਜਾ ਤਾਂ ਲਾਲਚ ਕਹਿੰਦੇ ਅਰੇ ਹਰਾ ਕਟਵਾ ਦੀਆ, ਕਿਆ ਹੈ ਜੇ ਹੈ ਵੋ ਹੈ, ਤਾਂ ਮਨ ਤੋਂ ਇੱਤਾ ਦੁਖੀ ਹੋਤਾ ਹੈ ਕਿ ਭਈਆ ਕਿਆ ਕਰੇ। ਤਾਂ ਕਿਸਾਨ ਆਦਮੀ ਕੀ ਜੂਨੀ ਬਿਰਾਨ ਹੈ, ਅਰੇ ਤੁਮੇ ਰੇਟ ਨਹੀਂ ਲਗਾਨਾ ਮਤ ਲਗਾਓ, ਮਗਰ ਇਹ ਮਤ ਕਹੋ ਕਿਸੀ ਕੀ ਫਸਲ ਕਿਆ ਹੈ ਜੇ ਬਵਾਲ ਲੈ ਆਏ, ਹਰਾ ਕਟਵਾ ਦੀਆ, ਤੋ ਵੋ ਬੜਾ ਦੁੱਖ ਦੇਤਾ ਹੈ। ਹਾਂ ਜੀ, ਕਹਿੰਦੇ ਸੀਧਾ ਕਹਿੰਗ ਬਵਾਲ ਹੈ। ਹਾਂ ਕੁਛ ਨਹੀਂ ਹੈ ਜੇ, ਕਿਆ ਹੈ ਬਵਾਲ ਲੈ ਆਏ? ਪਾਗਲ ਹੋ ਗਏ ਯਾਰ, ਧੂਮ ਮੈਂ ਖਾਦ ਪਾਣੀ ਦਵਾ ਦਾਰੂ ਸਭ ਦੀ ਸਾਲਾ, ਉਸਕੇ ਬਾਅਦ ਜੇ ਜਬ ਕਹਿਤਾ ਕਿ ਬਵਾਲ ਹੈ ਤੋ ਕਿਤਨਾ ਕਸ਼ਟ ਲਗੇਗਾ। ਬੰਦੇ ਲੁੜਕ ਜਾ ਗਰਮੀ, ਹਾਂ ਆਪਣੇ ਆਪ ਏਸੀ ਮੇਂ ਬੈਠੇ ਆਰਾਮ ਸੇ,
ਔਰ ਐਸੇ ਮੁੱਠੀ ਚਾਰ ਦਾਣੇ ਲਈਏ ਤਿੰਨ ਚਾਰ ਦਾਣੇ ਦੇਖ ਕੇ ਕਹਿ ਦਈਏ ਜੇ ਬਵਾਲ ਹੈ। ਸੋ ਕਿਸਾਨ ਬੰਦਾ ਬਹੁਤ ਮਿਹਨਤ ਕਰਦਾ ਹੈ ਬੱਚਿਆਂ ਦੇ ਤਰੀਕੇ ਨਾਲ, ਆਪਣੀ ਫਸਲ ਨੂੰ ਦੋ ਦੋ ਤਿੰਨ ਤਿੰਨ ਛੇ ਛੇ ਮਹੀਨੇ ਪਾਲਦਾ ਹੈ, ਪਾਲਣ ਤੋਂ ਬਾਅਦ ਜਦੋਂ ਲੈ ਕੇ ਜਾਈਦਾ ਹੈ ਨਾ ਇੰਨਾ ਮਨ ਦੁਖੀ ਹੁੰਦਾ, ਇੰਨਾ ਮਨ ਦੁਖੀ ਹੁੰਦਾ, ਹੱਥ ਜੋੜ ਜੋੜ ਕੇ ਕਹੀਦਾ ਕਿ ਲੈ ਲਓ ਜੀ ਲੈ ਲਓ। ਲੈਣਾ ਹੁੰਦਾ ਉਹਨਾਂ ਨੂੰ ਪਤਾ ਇਹਨਾਂ ਦੀ ਮਜ਼ਬੂਰੀ ਆ ਕਿ ਹਾਂ ਹੁਣ ਟਾਈਮ ਹੋ ਗਿਆ ਸੱਠੇ ਦਾ, ਹੁਣ ਇਹ ਤੋਂ ਬਾਅਦ ਇਹਨਾਂ ਨੇ ਬਰਸਾਤੀ ਧਾਨ ਲਾਉਣਾ ਹੈ, ਲੇਟ ਹੋ ਰਿਹਾ ਹੈ, ਹੁਣ ਇਹਨਾਂ ਨੇ ਜੋ ਭਾਅ ਕਹੋਗੇ ਉਹ 'ਚ ਹੀ ਵੇਚ ਦੇਣਾ ਹੈ। ਅੱਜ ਦੀ ਤਰੀਕ 'ਚ ਪੂਰਮਪੁਰ 1200-1300-1400 ਆਹ ਹਾਲ 'ਚ ਧਾਨ ਲਿਆ ਜਾ ਰਿਹਾ, ਖੂਬ ਲੁਟਾਈ ਹੋ ਰਹੀ ਪੂਰੀ ਡੱਟ ਕੇ ਜਿਹਨੂੰ ਕਹਿ ਦਿਓ ਕਰਕੇ ਜੀ। ਫਾਰਮਰ ਦੀ ਇੱਜ਼ਤ ਕਰਿਆ ਕਰੋ, ਉਹਨੂੰ ਸਪੋਰਟ ਕਰਿਆ ਕਰੋ, ਉਹਦੇ ਕਰਕੇ ਹਰੇਕ ਘਰ 'ਚ ਸਵੇਰੇ ਸ਼ਾਮ ਦੁਪਹਿਰੇ ਰੋਟੀ ਬਣਦੀ ਆ, ਚਾਹ ਬਣਦੀ ਆ। ਜੇ ਕਿਸਾਨ ਬੰਦਾ ਇੱਕ ਸਾਲ ਤਾਂ ਛੱਡੋ, ਮਹੀਨੇ ਹੜਤਾਲ ਕਰਦੇ ਨਾ, ਇੱਕ ਸੀਜ਼ਨ ਦੀ ਫਸਲ ਰੋਕ ਲਵੇ ਤਾਂ ਪਤਾ ਲੱਗ ਜੂਗਾ ਸਾਰਿਆਂ ਨੂੰ। ਬਟ ਉਹ ਵਿਚਾਰਾ ਪਤਾ ਹੈ ਉਹਨੂੰ ਮੈਂ ਆਹ ਕਰਜ਼ਾ ਦੇਣਾ, ਉਹ ਕਰਜ਼ਾ ਦੇਣਾ ਹੈ। ਸੋ ਬਹੁਤ ਦੁੱਖ ਲੱਗਦਾ ਹੈ ਜੀ। ਹੁਣ ਤੁਸੀਂ ਸੋਚੋ ਇੰਨਾ ਗਰਮੀ ਹੋਈ ਹੋਈ ਆ, ਬੁਰੇ ਹਾਲ ਨੇ, ਇਸ ਕਰਕੇ ਭਰਾ ਮੇਰਿਓ ਰੇਟ ਵਧੀਆ ਲਾ ਦਿਆ ਕਰੋ। ਬਜ਼ੁਰਗ ਜਾਂਦੇ ਨੇ ਸੈਂਪਲ ਲੈ ਕੇ, ਉਹਨਾਂ ਨੂੰ ਇੱਦਾਂ ਦਰਕਾਰਿਆ ਜਾਂਦਾ ਹੈ ਕਿ ਪੁੱਛੋ ਨਾ ਕੁਛ, ਬਹੁਤ ਦਿਲ ਦੁੱਖਦਾ, ਕਹਿ ਵੀ ਨਹੀਂ ਸਕਦੇ ਕੁਛ। ਉਹਨਾਂ ਨੇ ਕਹਿਣਾ ਅਗਰ ਕਹੋਗੇ ਤੁਸੀਂ ਜਾਓ ਜਿੱਥੇ ਵਿਕਦਾ ਲੈ ਜਾਓ, ਕੀ ਬੰਦਾ ਕਰੇ। ਕਿਸਾਨ ਦੀ ਜੁਨੀ ਬਹੁਤ ਬੁਰੀ ਆ, ਸੱਠਾ ਤਾਂ ਲੈਂਦਾ ਕਿ ਚਾਰ ਚਾਲ ਪੈਸੇ ਬਣ ਜਾਣਗੇ, ਬੰਦੇ ਦੀ ਗਰੀਬੀ ਚੱਕੀ ਜਾਊਗੀ, ਗਰੀਬੀ ਤਾਂ ਕੀ ਚੱਕੀ ਜਾਣੀ, ਮੈਂ ਕਹਿੰਦਾ ਹੋਰ ਕਰਜ਼ਾ ਚੜ੍ਹ ਜਾਂਦਾ ਹੈ। ਹੁਣ ਤੁਸੀਂ ਸੋਚੋ ਰੂਟਾਵੇਟਰ ਪਾਇਆ ਹੋਇਆ, ਚਾਰ ਚਾਰ ਵਾਰ ਰੂਟਾਵੇਟਰ ਵੱਜੂਗਾ, ਮਸ਼ੀਨਰੀ ਪੂਰਾ ਤੋੜਨ ਵਾਲਾ ਕੰਮ ਹੁੰਦਾ, ਟਰੈਕਟਰ ਵੀ ਕੀ ਕਰਨ ਵਿਚਾਰੇ। ਸੋ ਸਾਰਿਆਂ ਦੇ ਅੱਗੇ ਹੱਥ ਜੋੜ ਕੇ ਬੇਨਤੀ ਆ, ਕਿਸਾਨਾਂ ਨੂੰ ਸਪੋਰਟ ਕਰਿਆ ਕਰੋ। ਕਿਸਾਨ ਆ ਤਾਂ ਸਾਰਾ ਕੁਛ ਆ, ਹਰਿਆਲੀ ਬਣਾਉਂਦਾ ਹੈ, ਸੋਹਣੀ ਸੋਹਣੀ ਫਸਲ ਤਿਆਰ ਕਰਕੇ ਤੁਹਾਡੇ ਘਰ ਭੇਜਦਾ ਹੈ। ਬਸ ਇਹ ਆ ਕਿ ਇੱਜ਼ਤ ਕਰਿਆ ਕਰੋ, ਰੇਟ ਵਧੀਆ ਲਾ ਦਿਆ ਕਰੋ। ਕਿਉਂ ਮਹਿੰਦਰ ਬਾਬੂ ਕਹਿ ਰੇਟ ਤਾਂ ਵਧੀਆ ਲੱਗਣਾ ਚਾਹੀਏ, ਹੋਰ ਯਾਰ ਤੀ ਗਰਮੀ ਮੈਂ ਉਨਸੇ ਕਹਿਆ ਕਿ ਇੱਕ ਵਾਰ ਫੜੂਆ ਚਲਾ ਲਿਓ ਹਮਾਰੇ ਸੰਗ ਯਹਾਂ ਪੇ ਆ ਕੇ, ਹਮ ਫਰੀ ਫਸਲ ਦੇ ਦੇਂਗੇ ਉਹਨੇ, ਕਹੀਓ ਬਸ ਇੱਕ ਵਾਰ ਹਮਾਰੇ ਸੰਗ ਇੱਕ ਸੀਜ਼ਨ ਹਮਾਰਾ ਲਗਾ ਦਿਓ, ਬਸ ਟਰੈਕਟਰ ਚਲਾ ਦਿਓ ਔਰ ਜੇ ਸਭ ਖਾਦ ਪਾਣੀ ਦਵਾ ਦਿਓ। ਖੁਦ ਪੁੱਛੋ ਮਤ ਤੁਮ ਯਾਰ, ਸਭ ਰੰਗ ਕਾਲੇ ਪੜ ਗਏ। ਅਰੇ ਕੁਛ ਨਹੀਂ ਯਾਰ, ਚਲੋ ਬਾਬਾ ਭਲੀ ਕਰੇ ਸਾਰਿਆਂ ਦੀ ਜੀ। ਜਿੰਨੇ ਵੀ ਮੇਰੇ ਕਿਸਾਨ ਭਰਾ ਨੇ ਜੋ ਮਿਹਨਤ ਕਰਦੇ ਨੇ, ਸਲੂਟ ਆ ਦਿਲੋਂ ਉਹਨਾਂ ਨੂੰ, ਫਾਰਮਿੰਗ ਨੂੰ ਸਪੋਰਟ ਕਰਿਆ ਕਰੋ। ਇਸ ਕਰਕੇ ਜਿੰਨੇ ਵੀ ਮੇਰੇ ਭਰਾ ਨੇ ਫੋਰਨ ਕੰਟਰੀ ਜਾਣਾ ਚਾਹੁੰਦੇ ਨੇ, ਪਲੀਜ਼ ਫਾਰਮਿੰਗ ਨੂੰ ਸਪੋਰਟ ਕਰੋ, ਅੱਗੇ ਆਓ, ਫਸਲ ਲਾਓ, ਵਧੀਆ ਤਰੀਕੇ ਨਾਲ ਤਿਆਰ ਕਰੋ। ਐਂਡ ਥੋੜ੍ਹਾ ਜਿਹਾ ਲਾਲਿਆਂ ਨੂੰ, ਮਿੱਲ ਵਾਲਿਆਂ ਨੂੰ, ਆੜ੍ਹਤੀਆਂ ਨੂੰ ਮੇਰੀ ਰਿਕੁਐਸਟ ਹੈ ਕਿ ਪਲੀਜ਼ ਵਧੀਆ ਰੇਟ ਲਾ ਦਿਆ ਕਰੋ ਯਾਰ, ਇੰਨਾ ਨਾ ਕਿਸਾਨ ਨੂੰ ਪਰੇਸ਼ਾਨ ਕਰਿਆ ਕਰੋ, ਉਹਦੀ ਵੀ ਮਜ਼ਬੂਰੀ ਆ, ਮਜ਼ਬੂਰੀ ਦਾ ਫਾਇਦਾ ਨਹੀਂ ਚੱਕੀ ਦਾ ਹੁੰਦਾ। ਲਓ ਜੀ ਕਰਦੇ ਹਾਂ ਕੰਮ ਸਟਾਰਟ। ਤੇਲ ਮੁਕਣਾ
ਕਰ ਮਜਬੂਰੀ ਹੈ ਫੈਲਾਣਾ ਤਾਂ ਪੜੇਗਾ ਹੀ ਆ ਹੋਰ ਕਿਆ ਬਾਕੀ ਆਹੀ ਰਿਕੁਐਸਟ ਆ ਜੀ ਫਾਰਮਰ ਫਾਰਮਿੰਗ ਨੂੰ ਸਪੋਰਟ ਕਰਿਆ ਕਰੋ ਬਹੁਤ ਮਿਹਨਤ ਲੱਗਦੀ ਹੈ ਜੀ ਬਹੁਤ ਮਿਹਨਤ ਨਾਲ ਆਪਾਂ ਖੇਤੀ ਕਰੀਦੀ ਆ ਮੈਂ ਵੀ ਆਪਣੇ ਸਾਰੇ ਭੈਣ ਭਰਾਵਾਂ ਨੂੰ ਆਹੀ ਕਹੂੰਗਾ ਠੀਕ ਆ ਫੋਰਨ ਕੰਟਰੀ ਜਾਣਾ ਚਾਹੁੰਦੇ ਹਾਂ ਜਾਓ ਕੋਈ ਦਿੱਕਤ ਨਹੀਂ ਪਰ ਇੱਥੇ ਜਿਹਦੇ ਕੋਲ ਖੇਤੀ ਹੈਗੀ ਆ ਅਗਰ ਆਪਾਂ ਇੱਥੇ ਵੀ ਕਰੀਏ ਤਾਂ ਬਹੁਤ ਕੁਛ ਕਰ ਸਕਦੇ ਹਾਂ ਮਗਰ ਉਹਦੇ 'ਚ ਹਾਂ ਦਿੱਕਤ ਆਹੀ ਆਉਂਦੀ ਹੈ ਕਿ ਸਾਨੂੰ ਜਦੋਂ ਫਸਲ ਵੇਚਦੇ ਹਾਂ ਨਾ ਤਾਂ ਸਾਨੂੰ ਸਪੋਰਟ ਨਹੀਂ ਮਿਲਦੀ ਹੈਗੀ ਸਾਡੀ ਫਸਲ ਦਾ ਰੇਟ ਨਹੀਂ ਮਿਲਦਾ ਹੈਗਾ ਇਸ ਕਰਕੇ ਸਾਨੂੰ ਦਿੱਕਤਾਂ ਆਉਂਦੀਆਂ ਨੇ ਹੁਣ ਅਸੀਂ ਇਹ ਸੋਚਿਆ ਸੀਗਾ ਵੀ ਸੱਠਾ ਤਾਂ ਲਾ ਲਈਏ 4 ਪੈਸੇ ਵੱਟ ਲਾਂਗੇ ਬਟ ਇਹਦਾ ਰੇਟ ਹੀ ਬਿਲਕੁਲ ਨਹੀਂ ਹੈਗਾ ਮੰਨ ਲਓ ਤੁਸੀਂ ਬਰਾਬਰ ਬਰਾਬਰ 'ਚ ਵੀ ਛੁੱਟ ਜਾਵੇ ਤਾਂ ਬਹੁਤ ਆ ਬੰਦਾ ਸੋਚਦਾ ਤੁਸੀਂ ਡਬਲ ਫਸਲ ਲਾ ਲਈ ਬਹੁਤ ਪੈਸੇ ਕਮਾ ਲਏ ਬਾਬੇ ਉਹ ਇੱਦਾਂ ਨਹੀਂ ਪੈਸੇ ਕਮਾਏ ਜਾਂਦੇ ਬਹੁਤ ਮਿਹਨਤ ਲੱਗਦੀ ਸੋ ਥੈਂਕ ਯੂ ਲਵ ਯੂ ਆਲ